ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਬਲੌਗ 'ਚ। ਬਾਕੀ ਬਾਈ ਅੱਜ ਆਏ ਵੇ ਕਣਕ ਵੱਲ ਅਤੇ ਇੱਧਰ ਸਰੋਂ ਸਰੋਂ ਬਾਈ ਯੂਰੀਆ ਦਾ ਛੱਟਾ ਲਾਤਾ ਇੱਕ ਕਣਕ ਦੇ ਗੈਲੇ ਅਤੇ ਜੰਮ ਬਹੁਤ ਵਧੀਆ ਇਹਦਾ ਉੱਠੀ ਬਹੁਤ ਆ ਜਾਣੀ ਬੈਕ ਕੈਮਰੇ ਨਾਲ ਮੈਂ ਦਿਖਾਉਂਦਾ ਤੁਹਾਨੂੰ ਗਰੋਥ ਸੋਹਣੀ ਕਰ ਗਈ ਇਹ ਲਓ ਜੀ। ਜਿਹੜੀ ਵਿੱਚ ਬਾਈ ਕੱਖ ਅੰਡਾ ਹੋ ਗਿਆ ਗੜਾਈ ਕਰਾਉਣੀ ਹੁਣ ਇਹਦੀ ਬੰਦੇ ਹਲੇ ਮਿਲਦੇ ਨਹੀਂ ਦੋ ਦਿਨ ਤੱਕ ਕਹਿੰਦੇ ਆ ਅਤੇ ਥੋੜ੍ਹੀ ਜਿਹੀ ਪੱਟ ਕੇ ਜਿਹੜੀ ਸ਼ਿੱਦੀ ਕਰਨੀ ਤੀ ਉਹ ਵੀ ਕਰਨੀ ਆ ਵਿੱਚ ਸੰਘਣੀ ਬਹੁਤ ਆ ਪਰਾਂ ਲੈਣਾ ਜੰਮੇ ਬਹੁਤ ਵਧੀਆ ਚਾਹੀਦਾ ਬਾਈ ਸੰਘਣਾ ਦਾ। ਬਾਕੀ ਹੁਣ ਗੜਾਈ ਕਰਾਉਣੀ ਅਤੇ ਕੁਛ ਸ਼ਿੱਦੀ ਕਰਾ ਦੇਣੀ ਬਾਕੀ ਗੰਨਾ ਵੀ ਤਕਰੀਬਨ ਜੰਮਿਆ ਅੱਖ ਬਹੁਤ ਹੋਇਆ ਪਰ ਵਿੱਚ ਹੁਣ ਲੇਬਰ ਮਿਲਦੀ ਸਾਰ ਗੜਾਈ ਅਤੇ ਜੋ ਪੱਟ ਕੇ ਇੱਧਰ ਉੱਧਰ ਲਾਉਣੀ ਤਾਂ ਸਾਰੀ ਲਾ ਦੇਣੀ ਅਤੇ ਇੱਧਰ ਬਾਈ ਕਣਕ ਦਾ ਜੰਮ ਕਣਕ ਬਹੁਤ ਸੋਹਣੀ ਜੰਮੀ ਮਾਸਾ ਨੇ ਛਿੱਟਾ ਦਿੱਤਾ ਤਾ ਇਹਦਾ ਪੂਰੀ ਫਸੀ ਖੜ੍ਹੀ ਆ ਤਿੜੀਓ ਬਹੁਤ ਕਣਕ ਆਲੇ ਦੁਆਲੇ ਨੇ ਜਾਣੀ ਗੰਨਾ ਵੀ ਨਿਕਲਿਆ ਵਾ ਦੇਖੋ ਆ ਗਈ ਕਿਤੇ ਕਿਤੇ ਗੰਨਾ ਨਿਕਲਿਆ ਵਾ ਅਤੇ ਇਹਦੇ 'ਚ ਆਪਣੇ ਬਾਈ ਸੰਕੋਰ ਨਹੀਂ ਪਾਈ ਕਣਕ ਵੀ ਵਧੀਆ ਜੰਮ ਜਾਣੀ ਗੰਨਾ ਬਹੁਤ ਜੰਮਿਆ ਬਾਈ ਆਹ ਸਾਰਾ ਹੀ ਨਿਕਲਿਆ ਵਾ ਗੰਨਾ ਹਲੇ ਕੱਖ ਅੰਡਾ ਵੀ ਬਹੁਤ ਇਹਦੇ ਗੰਨਾ ਤਾਂ ਨਹੀਂ ਦੇਖਦਾ ਗੜਾਈ ਹੋਣੀ ਸਰੋਂ ਦੀ ਹੁਣ ਸਰੋਂ ਸ਼ਿੱਦੀ ਵੀ ਕਰਾਉਣੀ ਆ ਪੱਟ ਕੇ ਟੋਈਏ ਲਵਾ ਦੀ ਉੱਧਰ ਕੱਲ੍ਹ ਨੂੰ ਜਾਂ ਪਰਸੋਂ ਨੂੰ ਬੰਦਿਆਂ ਨੇ ਆ ਜਾਣਾ ਆਪਣੇ ਕੋਲ ਪਹਿਲਾਂ ਟੋਈਏ ਲਵਾ ਕੇ ਫਿਰ ਗੜਾਈ ਸਾਰੀ ਸਾਰਾ ਹੀ ਕਰਾ ਦੇਣਾ ਕੰਮ ਆਪਾਂ ਨੇ ਇਕੱਠਾ ਹੀ ਕਣਕ ਦਾ ਜੰਮ ਬਾਈ ਬਹੁਤ ਵਧੀਆ ਕਹਿੰਦੇ ਵੀ ਛਿੱਟਾ ਮਾਸੜ ਦਾ ਤਾਂ ਛਿੱਟੇ ਦਾ ਫਰਕ ਆ ਬਾਈ ਹੱਥ ਦਾ ਮਾਸੜ ਦੇ ਲਓ ਜੀ ਬਾਈ ਜਿਹੜੀ ਆਪਾਂ ਲੇਟ ਕਣਕ ਬੀਜੀ ਦੀ ਗੰਨਾ ਪੱਟ ਕੇ ਉਹ ਵੀ ਸਾਰੀ ਬਾਹਰ ਆ ਗਈ ਥੋੜ੍ਹੀ ਥੋੜ੍ਹੀ ਤੁਹਾਨੂੰ ਦਿਖਦੀ ਹੋਣੀ ਹੁਣ ਦਿਖਦੀ ਹੋਣੀ ਬਾਹਰ ਆ ਗਈ ਸਾਰੀ ਉਹ ਕਣਕ ਕੋਈ ਹਲੇ ਥੋੜ੍ਹੀ ਜਿਹੀ ਛੋਟੀ ਆ ਕੋਈ ਜ਼ਿਆਦਾ ਨਿਕਲੀ ਵੀ ਆ ਜਾਣੀ ਤਕਰੀਬਨ ਸਾਰੀ ਉਹ ਬਾਹਰ ਆ ਗਈ ਹਲੇ ਬਹੁਤ ਘੱਟ ਦਿਖਦੀ ਆ ਐਵਰੇਜ ਵੀ ਇਹ ਮਲਕੀਤ ਬਾਈ ਦਾ ਛਿੱਟਾ ਉੱਧਰ ਮਾਸੜ ਦਾ ਛਿੱਟਾ ਤਾਂ ਇਹ ਮਲਕੀਤ ਬਾਈ ਦਾ ਲਓ ਜੀ ਬਾਈ ਧੂਣੀ ਚੱਲ ਪਈ ਠੰਡ ਹੋ ਗਈ ਬਹੁਤ ਕੋਰਾ ਲੱਗ ਗਿਆ ਪੈਣ ਜਦ ਸਾਡੇ ਪਿੰਡ ਧੂਣੀ ਲੱਗੀ ਕੋਰਾ ਪੈਂਦਾ ਪੈਣ ਲੱਗ ਗਿਆ ਪੂਰਾ ਦਿਨ ਵਿੱਚ ਠੀਕ ਆ ਮੌਸਮ ਇਹਦਾ ਸਵੇਰੇ ਹੁਣ ਪੈਰ ਜੇ ਠਰਦੇ ਆ ਉਂਗਲੀਆਂ ਜਾਂ ਮੂਹਰੇ ਸੋਨੇ ਜਿਹੇ ਹੁੰਦੀਆਂ ਪੂਰਾ ਪੈਣ ਲੱਗ ਗਿਆ ਜਿਹੜੀ ਹਲੇ ਵੀ ਉਹੋ ਜਿਹੀ ਠੰਡ ਨਹੀਂ ਜਿਹੜੀ ਅੱਗੇ ਇਹਨਾਂ ਦਿਨਾਂ 'ਚ ਪੈਂਦੀ ਆ ਇਹਨਾਂ ਮੀਂਹ ਨਹੀਂ ਨਾ ਪਿਆ ਮੀਂਹ ਨਹੀਂ ਪਿਆ ਹੈਗਾ ਸੁੱਕੀ ਠੰਡ ਅੱਗੇ ਮੀਂਹ ਪੈ ਜਾਂਦਾ ਇਹਨਾਂ ਦਿਨਾਂ 'ਚ ਫਿਰ ਠੰਡ ਵੱਧ ਜਾਂਦੀ ਆ ਹੁਣ ਦੋ ਦਿਨ ਹੋ ਗਏ ਦੇਖਦੇ ਨੂੰ ਪੱਤੀ ਦੇ ਉੱਪਰ ਐਨ ਪੂਰਾ ਹੋਇਆ ਪੂਰਾ ਖੱਬੜ ਪਰ ਦੇਖ ਲਈ ਹਾਂ ਚਿੱਟਾ ਹੋਇਆ ਹੁੰਦਾ ਉੱਪਰ ਦੇ ਜਾਂ ਆਪਣੇ ਢੇਰਾ ਢੂਣਾ ਪਰ ਚਿੱਟਾ ਹੋਇਆ ਹੁੰਦਾ ਜਿਹੜਾ ਨਰਮ ਪਸੀਣਾ ਛੋਟਾ ਹਾਂਜੀ ਹਾਂਜੀ ਆਲੂਆਂ ਨੂੰ ਪੈਂਦਾ ਬਾਈ ਆਲੂਆਂ ਦੇ ਛਿੱਜੇ ਨੂੰ ਹਾਂ ਆਲੂਆਂ ਨੂੰ ਪਾਣੀ ਲੱਗਣੇ ਆ ਆਪਣੇ 38 ਗੰਨੇ ਨੂੰ ਹਾਂਜੀ ਵੀਰ ਦੇਖਿਆ ਫਰਕ ਲੱਗੇ ਪਿਲਿਆ ਹੁਣ ਆਗ ਖਤਮ ਆ ਗੂੰਗੀ ਵਿੱਚ ਗੰਨੇ ਬਾਈ ਹਾਂ ਭੰਦਨ ਦਾ ਇਹ ਤਾਂ ਬਹੁਤ ਆਹੋ ਕੋਰਾ ਹਲੇ ਜਣੇ ਉਹੀ ਚੀਜ਼ ਤਾਂ ਨਹੀਂ ਪਈ ਹਲੇ ਬਾਈ ਮਸਲ ਕੱਲ ਨੂੰ ਦੇਖੀ ਤੂੰ ਹਲੇ ਦਿਨ ਪਰ ਦਿਨ ਵਧਣਾ ਹੁਣ ਮਸੜ ਧੁੰਦ ਤਾਂ ਆ ਗਈ ਚੱਲ ਚੱਕਰ ਐ ਆ ਨਾ ਮੀਂਹ ਨੀ ਪਿਆ ਮੀਂਹ ਲੇਟ ਕੋਰਾ ਮਾਰ ਵੀ ਤਾਂ ਹੀ ਕਰਦਾ ਜੀ ਸੁੱਕਾ ਸੁੱਕੀ ਠੰਡ ਯਾਰ ਕਿਹੜਾ ਦੂਆ ਪਾਣੀ ਲਾਇਆ ਇਹਨਾਂ ਦਿਨਾਂ ਚ ਦੂਆ ਪਾਣੀ ਕਿੱਥੇ ਲੱਗਦਾ ਨਹੀਂ
गरमैश करके ही ठंड पवे कणक रुके रुके माड़ी जी ठंड होने कणक रुक जानी हां चल हां एक बार गुल्ली डंडे वाली च नहीं पैनी ਪਰ ਗਿੱਲੇ ਵਿੱਚ ਕੱਖ ਨਹੀਂ ਛੱਡਿਆ ਬਾਈ ਜਿੱਥੇ ਗਿੱਲਾ ਦਾ ਨਾ ਉੱਥੇ ਕੱਖ ਖਤਮ ਕਰਤਾ ਜਿਹੜਾ ਥੋੜਾ ਜਿਹਾ ਪੈਰ ਹੈ ਸੁੱਕੇ ਵਿੱਚ ਵੱਤ ਤੇ ਕਰਿਆ ਉੱਥੇ ਰਹਿ ਗਿਆ ਅੱਧਾ ਹੁਣ ਉੱਪਰ ਕਰਨੀ ਪੈਣੀ ਹੈ ਕੋਰ ਜਿਹੜੀ ਬਹੁਤ ਫਰਕ ਹੈ ਅੱਗੇ ਤਾਂ ਜਿੰਨੀ ਕਣਕ ਉਨੀ ਗੁੱਲੀ ਨਾ ਹੁੰਦਾ ਤਾਂ ਮਰਦਾ ਹੀ ਤਾਂ ਫਟਾਫਟ ਸਰਕੋ ਨਾ ਖਤਮ ਕਰਿਆ ਜੜ ਦਾ ਖਤਮ ਕਰਦਾ ਜਿਹੜੀ ਅੱਗੇ ਆਪਾਂ ਕਰਦੇ ਨਾ ਟੋਪ ਕਰਦੇ ਤੇ ਆ ਹੋਰ ਸਫਲ ਕਰੀਏ ਉਹ ਇੱਕ ਵਾਰ ਖੜਾ ਦਿੰਦੀ ਤੀ ਫਿਰ ਅਤਨੋਂ ਵੱਧ ਉਹੀ ਚੱਲ ਪੈਂਦਾ ਬੜੀ ਕਰਦਾ ਵੀ ਹੁਣ ਸਰਕੋ ਦਾ ਜਿਹੜਾ ਮਾਰ ਤਾਂ ਖਤਮ ਕਰਦਾ ਹੋਇਆ ਹੁਣ ਆਪਾਂ ਦੂਈ ਕਰਦੇ ਨੇ ਉਹਨੇ ਖੜਾ ਦੇਣਾ ਇਹਨੂੰ ਕਣਕਾਂ ਬਾਜਣਾ ਕੋਈ ਨਾ ਕੋਈ ਫਰਕ ਪਊਗਾ ਕੁਝ ਅਗਲੇ ਸਾਲ ਸਹੀ ਅਗਲੇ ਸਾਲ ਕਰਨੀ ਯਾਰ ਦੂਈ ਜਿਹੜੀ 1800 ਦੀ ਆਉਂਦੀ ਕਿੱਲੇ ਦੀ ਮੋਮੋ ਜੀ ਕਹਿੰਦੇ ਜਿਹਨੂੰ ਕਿਹਾ ਗੁੱਲੀ ਡੰਡੇ ਪਰ ਗੁੱਲੀ ਡੰਡੇ ਪਰ ਹੁਣ ਤੇਰਾ ਰਿਜ਼ਲਟ ਠੀਕ ਨਹੀਂ ਰਿਜ਼ਲਟ ਉਹਨਾਂ ਹਲੇ ਸੰਕੋਰ ਦਾ ਦੋ ਕਰਨੀਆਂ ਪੈ ਜਾਣੇ ਆ ਉਹ ਕਹਿੰਦੇ ਜੰਮਿਆ ਉਹਦਾ ਕੱਖ ਜਾਂ ਪਾਣੀ ਲਾਤਾ ਜਾਂ ਖਤਮ ਅੱਛਾ ਹਾਂ ਵੀ ਉਹ ਨਹੀਂ ਛੱਡਦੀ ਹੈਗੀ ਜਿਹੜੀ ਨਵੀਂ ਆਈ ਫਕੀਰਾ ਅਭੀ ਫਕੀਰਾ ਆਈ ਇੱਕ ਨਾ ਮੋਮੋ ਜੀ ਕਹਿੰਦੇ ਮੋਮੋ ਜੀ ਹੈ ਜੀ ਮੋਮੋ ਜੀ ਹਾਂ ਇਹ ਜੀ ਉਹ ਹੈ ਵੀ ਉਹ ਕਰਨੀ ਹੈਗਾ ਸਾਨੂੰ ਤੇ ਪਹਿਲਾਂ ਹੀ ਆਪਾਂ ਨੇ ਗਲਤੀ ਕਰੀ ਮਾਸਟਰ ਮੈਂ ਜਿਹੜੀ ਸਰੋਂ ਲਾਈ ਤੀ ਸਰੋਂ ਜਾਂਦੀ ਹੁਣ ਐਨ ਉੱਪਰ ਜਣੀ ਫੁੱਲ ਨਹੀਂ ਆਉਣ ਲੱਗਿਆ ਕਈ ਕਹਿੰਦੇ ਵੀ ਛੇਤੀ ਫੁੱਲ ਪੈ ਗਏ ਗਰਮੀ ਕਰਕੇ ਸਰੋਂ ਨੂੰ ਵੀ ਫਰਕ ਪਾਣੀ ਲਾਤਾ ਜੀ ਮੈਂ ਹਾਂਜੀ ਮੇਰੀ ਦੇਰ ਦੀ ਬੀਜੀ ਮੈਂ ਕਣਕ ਦੇ ਨਾਲੇ ਲਾਈ ਸੀ ਬੀਜੀ ਦੀ ਕਣਕ ਕਮਜ਼ੋਰ ਜੀ ਹੋਈ ਵੀ ਆ ਮੇਰੇ ਨਾਲ ਬੀਜੀ ਦੀ ਮੈਂ ਪਾਣੀ ਲਾਇਆ ਮੇਰੇ ਵਾਲੀ ਦੇਖੀ ਯਾਰ ਇਹਦਾ ਦੇਖੀ ਰੰਗਦਾਰ ਉਹਦਾ ਕਿਆ ਫਰਕ ਹੈ ਮੇਰੇ ਬੈੱਡ ਸਿਸਟਮ ਲਾਬਾ ਜਿਹਾ ਹੀ ਗਿਆ ਉਹਦੇ ਨਾਲ ਵੀ ਬਹੁਤ ਫਰਕ ਆ ਸਰੋਂ ਨੂੰ ਮੇਰੇ ਹਿਸਾਬ ਨਾਲ ਉੱਕਣਾ ਸਰੋਂ ਜਿਆਦਾ ਕਾਮਯਾਬ ਆ ਬੈੱਡ ਸਿਸਟਮ ਲਾਉਣੀ ਆ ਕੱਲ ਨੂੰ ਆਉਣਾ ਬੰਜਾਂ ਨੇ ਹਲੇ ਨਹੀਂ ਨਹੀਂ ਲਾਈ ਨੀ ਤੀ ਉਹਦੇ ਚੋ ਪੱਟਣੀ ਆ ਨਾਲੇ ਉਹਦੀ ਗੜਾਈ ਕਰਾ ਦੇਣੀ ਕੱਕ ਅੰਡਾ ਜਾ दो बिघे जगह मेरे लगे जानी एक दो बंदे ही रखे कि ज्यादा बाड़ के जमी छिद्दी कर देने डंगर दो बंदे होरे छड्डने डंगर वाले ਨਹੀਂ ਨਹੀਂ ਦੋ ਜਣੇ ਮੈਂ ਭਈਏ ਰੱਖੇ ਦਿਹਾੜੀ ਪਰ ਅੱਛਾ ਸਿੱਧੀ ਕਰਨ ਵਾਸਤੇ ਕਿ ਦਿਹਾੜੀ ਲਾਉਣੇ ਵਾਸਤੇ ਵਿੱਚ ਸਿੱਧੀ ਕਰੂੰ ਬੱਟੂ ਵਧੀਆ ਹਨਾ ਫੇਰ ਤਾਂ ਤੇਰੇ ਕੱਖ ਬਣ ਜਾਣੇ ਵਿੱਚ ਹਾਂ ਗੰਨਾ ਵੀ ਵਧੀਆ ਜੰਮੇ ਹੁਣ ਉਹ ਕਿਹੜਾ ਜਿਹੜਾ ਵਿੱਚ ਜੰਮੇ ਵਾ ਗੰਨਾ ਹਾਂ ਬਹੁਤ ਸੋਹਣਾ ਜੰਮੇ ਵਾ ਦੋਏ ਪਾਸੇ ਦੇ ਪੱਛੀ ਜਿੰਕਲੀ ਵੀ ਅੱਖ ਮੱਕੀ ਸਰ ਜੀ ਦਵਾਈ ਵੀ ਆ ਗਿਆ ਬਸ ਸਾਰਿਆਂ ਨੂੰ ਸਤਿ ਸ੍ਰੀ ਅਕਾਲ
ठंड आ गई हुण चलना इसर आए दलिद्दर जाए फतेहगढ़ साहब दी चमकौर साहब दी पट्ठा साहब दी सभा जात कराती सभा भाई अज पूरी भीड़ थी पट्ठा साहब मैं गया था अज संग्राम दा कल ते दवाना पहला कल ते अज श्री परिवार बोर्ड विछोड़ा साहब दी हां उत्थे जी सदा वर्त आउणी है हां जी सदा वर्त ते ही नगर कीर्तन आउंदा जी पट्ठा साहब ਅਸੀਂ ਖਾਲਸਾ ਸਕੂਲ ਵੱਲ ਤੇ ਜਾਇਆ ਕਰਦੇ ਸੀ ਨਗਰ ਕੀਰਤਨ ਹਾਂ ਯਾਨੀ ਅੱਜ ਤੇ ਸ਼ੁਰੂ ਹੋ ਜਾਂਦੀ ਯਾਰ ਸੰਗਰਾਂਦ ਤੇ ਅੱਗੇ ਇਕੱਠ ਬਹੁਤ ਦੇਰ ਬੱਠਾ ਸਾਹਿਬ ਦਾ ਇਕੱਠ ਪੂਰਾ ਤਾਂ ਮਸੜ ਭਾਵੜ ਵਾਲੇ ਗੰਨਾ ਇਕੱਠਾ ਕਰਿਆ ਤਾਂ ਆਪਾਂ ਨੇ ਵੀ ਦਿੱਤਾ ਤਾਂ ਹਸ਼ਵੀ ਨੇ ਵੀ ਦਿੱਤਾ ਤੇ ਉਹ ਚੱਲ ਪਿਆ ਅੱਜ ਲੰਗਰ 300 ਕੁਇੰਟਲ ਗੰਨਾ ਹੋ ਗਿਆ ਕਹਿੰਦੇ ਨਹੀਂ ਪੱਠਾ ਸਾਹਿਬ ਹੁੰਦਾ ਹੈ ਹੈਂ ਚੱਲ ਉਹਨੂੰ ਵੀ ਦੇ ਦਾਂਗੇ ਭਰੀਆਂ ਮਾਂ ਵੀ ਤੂੰ ਆ ਜੀ ਮੈਂ ਕੱਲੂ ਭਈਏ ਲੱਗਣੇ ਭਾਈ ਉੱਥੇ ਹਾਂ ਮੈਂ ਤੇਰੀਆਂ ਭਰੀਆਂ ਛਡਾ ਦੂੰਗਾ ਆਪਣੇ ਚੱਕਰ ਬਾਕੀ ਆ ਵੀ ਹਾਂ ਕੱਲੂ ਪਰਸੋਂ ਨੂੰ ਭਈਆਂ ਨੇ ਜਾਣਾ ਮੈਂ ਕਿੰਨੀ ਦੀ ਕਹਿੰਦਾ ਮੈਂ ਚਮਕੌਰ ਸਾਹਿਬ ਲਾਉਣਾ ਅੱਛਾ ਗੜਾਥੇ ਚ ਕੀ ਫਿਰਦਾ ਵਾ ਮੇਰੀ ਗੱਲ ਸੁਣੋ ਹੁਣ ਜੇ ਤੂੰ ਵੱਢਣਾ ਤਾਂ ਵੱਢ ਲੈ ਮੈਂ ਨਹੀਂ ਮੈਂ ਭਈਆਂ ਦੇ ਭਾਈ ਪੈਸੇ ਵਿੱਚ ਦੇ ਦੂੰਗਾ ਆਪਣੇ ਹਾਂ ਉਹਦਾ ਕੋਈ ਚੱਕਰ ਤੂੰ ਭਰੀਆਂ ਲੈ ਜੀ ਆਹੋ ਭਈਏ ਨਹੀਂ ਜਾਣੇ ਕੱਢਣੇ ਆ ਨਾਲੇ ਓਏ ਕੀ ਭਰੀ ਆਉਣੀ ਭਈਏ ਵੀ ਨਹੀਂ ਪੈਸੇ ਲੰਦੇ ਆ ਨਾ ਤੁਹਾਨੂੰ ਪਤਾ ਹੀ ਆ ਚਮਕੌਰ ਸਾਹਿਬ ਤਾਂ ਹਲੇ ਹੈਗੇ ਆ दिलीप हां मैं पम्मे की गल दस दा पम्मे ने पम्मे ने भी डाउन नहीं कढ़ाइया ਕਈ ਕਹਿੰਦੇ ਹੁਣ ਲੰਗਰੇ ਲਾਉਣਾ ਅੱਜ ਹੁਣ ਸਾਡੇ ਰਿਸ਼ਤੇਦਾਰ ਜਿਹੜੀ ਮਾਰਕਤ ਹੋਈ ਉਹਦੇ ਬਾਅਦ ਕੱਲ ਭੋਗ ਪੈਣਾ ਸਬਜ਼ੀ ਲੈਣ ਗਏ ਤੇ ਹੁਣ ਉੱਥੇ ਸਬਜ਼ੀ ਲੱਤੇ ਮਟਰ ਲੱਤੇ 50 ਕਿਲੋ ਇੱਕੜਾ ਜਿਹੜੀ ਚੀਜ਼ ਵੱਡੀ ਬੜੀ ਲੰਦੇ ਤੇ ਉਹਨਾਂ ਦੇ ਬਾਅਦ ਵੀ ਕਿਤੇ ਲੰਗਰ ਲੈਣੇ ਆ ਉਹ ਕਹਿੰਦੇ ਨਹੀਂ ਬਾਬਾ ਜੀ ਇੰਨੇ ਘੱਟੇ ਰੇਟ ਦੇਣੇ ਕਹਿੰਦੇ ਗੁਰਦੁਆਰਾ ਸਾਹਿਬ ਨੂੰ ਜਾਣੇ ਉਹ ਨਹੀਂ ਭਾਈ ਗੁਰਦੁਆਰਾ ਸਾਹਿਬ ਨੂੰ ਜਾਣੇ ਫਿਰ ਕਹਿਣਾ ਪੈਂਦਾ ਅਗਲੇ ਨੂੰ ਜਿਹੜੀ ਹੁਣ ਸਾਰੇ ਸਮਝਦੇ ਵੀ ਅਗਲਾ ਆਵੇਗਾ ਦਿਆਵਾਨ ਹੈ ਤਾਂ ਇੱਥੇ ਤੱਕ ਆਪਾਂ ਹੁਣ ਡਿਵਾਈਡ ਵੀ ਦੇਖਦੇ ਆ ਇਹਦਾ ਤੇਰਾ ਚੈਨਲਾਂ ਪਰ ਵੀ ਦੇਖਦੇ ਹਿੰਦੂ ਧਰਮ ਦੇ ਵਿੱਚ ਵੀ ਜੋ ਸਤਸੰਗ ਕਰਦੇ ਆ ਉਹਨਾਂ ਨੇ ਵੀ ਸ਼ਹੀਦੀ ਪੰਦਰਵਾੜੇ ਨੂੰ ਫਿਰ ਵੀ ਸਲਾਮ ਝੁਕਦੇ ਸਭ ਚਾਹੀਦਾ ਵੀ ਅਭੀ ਇਹਨਾਂ ਦੇ ਸਿਰ ਪਰ ਬੈਠੇ ਹੋ ਰਹੇ ਅੱਜ 15 ਦਿਨ ਦਾ ਹੀ ਹੁੰਦਾ ਇਹਦੇ ਚ ਸਾਰੇ ਆ ਜਾਂਦੇ ਆਪਣੇ ਬਾਈ ਕਈ ਤਾਂ ਦੇਖਿਆ ਅੱਜ ਸੰਗਰਾਂ ਦਾ ਆਤੇ ਥੱਲੇ ਆਸਣ ਲਾ ਲੇ ਸਾਡੇ ਇੱਕਣਾ ਹੀ ਆ ਵੀਰ ਆਪਾਂ ਝੂਠ ਬੋਲਣਾ ਹੀ ਨਹੀਂ ਹੈਗਾ ਹਾਂ ਥੱਲੇ ਆਸਣ ਲਾ ਲੇ ਹੁਣ ਉਹਨਾਂ ਥੱਲੇ ਹੀ ਪੈਣਾ ਸਾਡੇ ਇੱਕਣਾ ਹੀ ਆ ਅੱਜ ਤੇ ਨਹੀਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਵਾਹਿਗੁਰੂ ਦੀ ਕਿਰਪਾ ਨਾਲ ਦਿੱਤਾ ਬਾਬੇ ਬਾਬੇ ਨੇ ਹੀ ਆ ਸਾਡੇ ਬੰਦੇ ਦੀ ਔਕਾਤ ਤਾਂ ਕੁਛ ਨਹੀਂ ਉਹਦੀ ਭੈ ਬਗੈਰ ਤਾਂ ਪਤਾ ਨਹੀਂ ਹਿਲਦਾ ਚਾਹੀਦਾ ਜ਼ਰੂਰ ਜਿੰਨਾ ਹੋ ਸਕੇ ਹਾਂ ਵਾਹੀ ਉਹਨਾਂ ਦੀ ਦੇਣਾ ਦੇਖ ਲਓ ਜੇ ਹੁਣ ਆਪਾਂ ਪਿੱਛੇ ਸੋਚਦੇ ਵੀ ਆਦਾ ਦਿਨ ਆਏ ਛੱਡਿਆ ਦਾ ਆਨੰਦਪੁਰ ਸਾਹਿਬ ਦਾ ਕਿਲਾ ਅੱਜ ਤੇ ਸਟਾਰਟ ਆਇਆ ਤਾਂ ਹਾਂ ਪਰਿਵਾਰ ਵਿਛੋੜ ਉੱਥੇ ਆ ਕੇ ਸਰ ਸਾਹਿਬ ਵਿਛੋੜਾ ਪੈ ਗਿਆ ਕੱਲੂ ਪਰਿਵਾਰ ਵਿਛੋੜ ਹਾਂ ਬਹੁਤ ਅੱਛਾ ਕੱਲੂ ਸਦਾ ਵਰਤਾ ਅੱਜ ਆ ਪਰਿਵਾਰ ਵਿਛੋੜੇ ਗੁਰਦੁਆਰਾ ਸਾਹਿਬ ਚ ਵੀ ਦੇਖ ਲਓ ਹੋਏ सरसा भी चढ़ी हुई थी सरसा उपर पुरी थी हुण किन्नी का देख ला पानी इन्ना फर्क हुण सरसा जी केड़ा पानी आउंदा देख ला पुल लागे आले दुआले बन लाते यार कित्थे ते किन्नी जगह जिहनूं सरसा खुल्ला दा खेत चाहे मुश्किल समा था चाहे जाति सानू पता था
ਸਕੂਲ ਚ ਪੜ੍ਹਦੇ ਤੇ ਅਨਾਉਂਸਮੈਂਟ ਹੋ ਜਾਂਦੀ ਸੀ ਬੱਚੇ ਅੱਜ ਗੁਰਦੁਆਰਾ ਸਾਹਿਬ ਰਹੋਗੇ ਵੀ ਨਦੀ ਟੁੱਟ ਗਈ ਸੁਰਤਾਂ ਪਰ ਟੁੱਟਦੀ ਹਰੇਕ ਸਾਲ ਤੇ ਸੁਰਤਾਂ ਪਰ ਬਾਈ ਅਸੀਂ ਗਏ ਆ ਜਿਹੜੇ ਟਾਈਮ ਜਾਂ ਨਦੀ ਟੁੱਟੀ ਆ ਹਾਂ ਜਿਹੜੀਆਂ ਮਕਾਨ ਦੇ ਕੰਧਾਂ ਤੇ ਨਾ ਕੰਧਾਂ ਦੇ ਵਿੱਚ ਨੂੰ ਪਾੜ ਪਾ ਤੇ ਜਿੱਕਣਾ ਅਸੀਂ ਖੈਰਾਬਾਦ ਦੇਖਿਆ ਅੱਜ ਵੀ ਆਪਾਂ ਨੇ ਗਾਉਣੇ ਵਾਲਾ ਦਾ ਦਲਵਾਰਾ ਅਸੀਂ ਉਹਦੇ ਬੈੱਡ ਚੱਕਣ ਗਏ ਅਸੀਂ ਜਿੰਨੇ ਭੈਣੀ ਰੇੜੇ ਕਿੰਨੇ ਘਮਾਰਾਂ ਦੇ ਹੁੰਦੇ ਸੀ ਮੈਂ ਕਹਿੰਦਾ 20 25 ਰੇੜੇ ਘਰਾਂ ਕੋਲ ਕਿੰਨੇ ਕਿੱਚਰ ਕਿਹੜੇ ਫੜੇ ਹੋਏ ਜਿੰਨੇ ਵੀ ਤੇ ਸਾਰੇ ਸਪੈਸ਼ਲ ਲਾਤੀ ਆਪਣਾ ਹਾਈ ਸਕੂਲ ਦਾ ਜਿਹੜਾ ਜਾਂ ਤਾਂ ਮਿਡਲ ਲੇ ਤਾਂ ਇਹ ਸਾਰੇ ਕਮਰੇ ਖਲਾਤੇ ਜਿੰਨੇ ਵੀ ਅਸੀਂ ਸੁਰਤਾਂ ਬਦਲ ਸਮਾਨ ਚੱਕ ਕੇ ਲੈਂਦਾ ਉੱਥੇ ਵਜਾਇਆ ਸਾਰੇ ਘਰ ਉੱਥੇ ਬਿਠਾਲ ਤੇ ਲਿਆ ਕੇ ਸਕੂਲ ਦੇ ਵਿੱਚ ਹਾਂ ਦਰਬਾਰੇ ਮਾਸਟਰ ਦਾ ਸੀ ਨਾ ਜਦ ਉਸ ਦਰਬਾਰੇ ਜਿਹੜਾ ਗਾਉਂਦਾ ਦਾ ਹਾਂਜੀ ਉਹਦਾ ਕੁੰਡਾ ਖੋਲੇ ਕੁੰਡਾ ਨਾ ਖੋਲੇ ਭਾਈ ਧੱਕੇ ਧੁੱਕੇ ਖੋਲੇ ਬੈੱਡ ਤਿਰਕੇ ਉਹਦੇ ਮੂਹਰੇ ਲੱਗ ਗਏ ਵੇ ਤੇ ਅੱਛਾ ਚੜ ਜਾਂਦਾ ਪਾਣੀ ਤਾਂ ਨਿਕਲ ਜਾਂਦਾ ਕਹਿੰਦਾ ਵੀ ਪਾਣਾ ਚੜ ਜਾਂਦਾ ਬਹੁਤ ਬੁਰਾ ਹਾਲ ਤਾਂ ਭਾਈ ਨਦੀ ਦਾ ਇਹ ਖੈਰਾਬਾਦ ਦੇਖਿਆ ਨਹੀਂ ਭੂਲ ਕਿੱਕਣਾ ਦਾ ਯਾਰ ਇੱਕ ਤਾਂ ਪਾਣੀ ਉਹ ਆ ਜਾਣਾ ਇੱਕ ਪਾਣੀ ਕੰਨ ਪਿੰਡੋਂ ਸਿੱਧਾ ਨਾਲ ਇੱਕ ਹੋਰ ਗੱਲ ਦੱਸਦਾ ਤੈਨੂੰ ਮੈਂ ਜਦ ਨਾ ਆਪਾਂ ਕਿਸੇ ਵੀ ਅਫਸਰਾਂ ਕੋਲ ਜਾ ਕੇ ਦੱਸਦੇ ਹੁਣ ਨਦੀ ਟੁੱਟੀ ਤੀ ਆ ਪੂਲ ਡੀਸੀ ਨੇ ਪਤਾ ਕੀ ਕਹੀ ਹੈ ਕਹਿੰਦਾ ਨਦੀ ਨਾ ਕਹੋ ਮਿੰਨੀ ਸਤਲੁਜ ਹੈ ਇਹ ਪਾਣੀ ਕਿੱਥੇ ਦਾ ਆਉਂਦਾ ਤੁਹਾਡੇ ਕਹਿੰਦਾ ਸਤਲੁਜ ਹੈ ਕਹੋ ਕਹਿੰਦਾ ਇਹਨੂੰ ਵੀ ਬੁੱਢੇ ਭੋਰੇ ਵਾਲੀ ਸਾਈਡ ਤਾਂ ਜਮਾ ਹੀ ਬੰਨ ਨਾਲ ਚੱਲਦੀ ਆ ਇੱਧਰ ਸਾਰਾ ਮੈਦਾਨ ਖਾਲੀ ਗਿਆ ਪਾਣੀ ਜਿਆਦਾ ਆਉਂਦਾ ਦਰਿਆ ਵੀ ਫੁੱਲ ਖੋਲਿਆ ਵਾ ਤਾਂ ਦਰਿਆ ਦਾ ਪਾਣੀ ਬੈਗ ਨਦੀ ਨੂੰ ਡਾਫ ਲੱਗ ਗਈ ਮੂਹਰੇ ਇਹ ਦਰਿਆ ਚ ਪੈਂਦੀ ਕਹਿੰਦੇ ਤਾਂ ਟੁੱਟੀਆਂ ਦੇ ਨਦੀਆਂ ਤੋਂ ਦਰਿਆ ਹੀ ਚੜਿਆ ਵਾ ਜਦ ਅਰੇ ਗੂੰਜ ਜਿਕਣ ਹੁਣ ਇੱਥੇ ਬੈਠੇ ਨਾ ਉਰੇ ਸਾਨੂੰ ਪਾਣੀ ਦੀ ਗੂੰਜ ਦਰਿਆ ਦੀ ਉਰੇ ਸੁਣਦੀ ਹੁੰਦੀ ਸੀ 3 ਕਿਲੋਮੀਟਰ ਪਰ ਪਾਣੀ ਦੀ ਦੇਖ ਲਾ ਪਰ ਹੁਣ ਮੀਂਹੇ ਨਹੀਂ ਪੈਂਦੇ ਇਹੋ ਜੇ ਨਾ ਉਹ ਪਾਣੀ ਆਉਂਦੇ ਆ ਉਹ ਆਪਾਂ ਉਹੀ ਗੱਲ ਸੁਣਾਉਂਦੇ ਵੀ ਉਹ ਟਾਈਮ ਸਰਸਾ ਕਿੱਥੇ ਚੜਿਆ ਹੋਣਾ ਹਾਂ ਕਿਹੜੇ ਦਾ ਤਾਂ ਹੈ ਕਹਿੰਦੇ ਇਹਦੇ ਪੁਰਾਣਾ ਟਾਈਮ ਖੁੱਲਾ ਚੱਲਦਾ ਹੋਣਾ ਖਬਰ ਜਦ ਤਾਂ ਪਾਣੀ ਠੰਡ ਦੇ ਲੈ ਕਿੰਨੀ ਹੋਊਗੀ ਟੈਂਪਰੇਚਰ ਮੈਂ ਸਜਾਉਂਗਾ ਉਹ ਤਾਂ ਸਾਹਿਬ ਤੇ ਮੱਛ ਫੜ ਕੇ ਜੰਗਲਾਂ ਨਹੀਂ ਤਾਂ ਹੁਣ ਵੀ ਠੰਡ ਰਾਤ ਨੂੰ ਨੰਗੇ ਪੈਰੀ ਗੁਜਦੇ ਉਹ ਦੇਖ ਲੈ ਵੀ ਸਿਰ ਦੇ ਉੱਪਰ ਬੈਠੇ ਦੇ ਦੇਖ ਕਿੰਨਾ ਦਾ ਠੰਡਾ ਬੁਰਜ ਜਿਹੜਾ ਇੱਕ ਤਾਂ ਉਹ ਵੀ ਨੰਗੇ ਪੈਰੀ ਆਮ ਉਹ ਠੰਡਾ ਬੁਰਜ ਦੇ ਨਾਲ ਦਲ ਪਾਣੀ ਫੇ ਲੜਾਈ ਗਏ ਆਬਾਦੀ ਕਰਕੇ ਵੀ ਹੁਣ ਫਰਕ ਪੈ ਜਾਂਦਾ ਨਗੇ ਨਿੱਗ ਜਾ ਹੋ ਜਾਂਦਾ ਜਦ ਉੱਥੇ ਕਵਰੇ ਕੁਝ ਹੈ ਨਹੀਂ ਤਾਲੇ ਤਾਲੇ ਆਹੋ ਜਦ ਆਬਾਦੀ ਵੀ ਘਟਦੀ ਜੇ ਆ ਭਾਈ ਐ ਤਾਂ ਜਿਹੜੇ 15 20 ਦਿਨ ਆਪਣੇ ਯਾਦ ਰੱਖਣੇ ਚਾਹੀਦੇ ਆ ਹਾਂ ਯਾਦ ਘਰ ਆਉਂ ਵਿੱਚ ਬਸੇ ਵੀ ਹੁਣ ਆਪਾਂ ਦੇਖ ਲਿਆ ਠੰਡ 'ਚ ਬਹਿ ਕੇ ਆਪਾਂ ਅੱਗ ਬਾਲ ਲੈਂਦੇ ਹਾਂ ਨਹੀਂ ਆਪਣਾ ਘਰਾਂ ਬੈਠੇ ਹਾਂ ਘਰਾਂ ਬੈਠੇ ਉਹਨਾਂ ਦੀ ਲੱਗਿਆ ਹੱਥ ਹੋ ਗਈ ਉਹ ਟਾਈਮ ਬਾਕੀ ਠੰਡ ਆ ਗਿਆ ਧੂਣੇ ਲਾ ਲਿਆ ਚਲੋ ਦੇਖਾਂਗੇ ਕੋਸ਼ਿਸ਼ ਕਰਨੀ ਆ ਜਿੰਨੀ ਸੇਵਾ ਹੋਈ ਬਾਈ ਕਰਨੀ ਆ ਬਾਕੀ ਥੋੜਾ ਕਿਆ ਵਿਚਾਰ ਬਣਿਆ ਉਹਦਾ ਹੋਈ ਗੱਲਬਾਤ ਕਾਦੀ ਫਤਿਹਗੜ੍ਹ ਸਾਹਿਬ ਦੀ ਲੰਗਰ ਦੀ ਲੰਗਰ ਦੀ ਚੱਲਦੀ ਆ ਕਹਿੰਦੇ ਵੀ ਆਪਣਾ ਤਾਂ ਬ੍ਰੈਡਾਂ ਦਾ ਹੀ ਆ ਵੀ ਸੁੱਕਾ ਸਿੱਧਾ ਆਪਣਾ ਦਾ ਕੋਈ ਐਡਾ ਉਹ ਨਹੀਂ ਹੈਗਾ ਆਹੋ ਠੀਕ ਆ ਜਿਹੜੀ ਇੱਕ ਦਿਨ ਆਪਾਂ ਲਾ ਕੇ ਆਉਣਾ ਆਪਣਾ ਇੱਕ ਦਿਨ ਆ ਜਿਹੜਾ ਮੈਂ ਕਿਹੜਾ ਦਿਨ ਇਹ 26 27 27 ਨੂੰ ਲਾ ਦੇਣਾ 26 ਨੂੰ ਆਪਾਂ ਨੇ ਜਾਣਾ ਆ ਸਤਾਈ ਤਰੀਕ ਨੂੰ ਪਹਿਲੇ ਦਿਨ ਜਾਣਾ ਸਮਾਨ ਆਪਣਾ ਤਿਆਰੀ ਕਰਨੀ ਮਸਾਂ ਆਏ ਹੋ ਕਹਿੰਦਾ ਵੀ ਰਾਤ ਨੂੰ ਫਿਰ ਰੈਸਟ ਹੋ ਜਾਂਦੀ ਆ ਹਾਂ ਪਿਛਲੀ ਵਾਰੀ ਆਪਾਂ ਸਾਰੀ ਰਾਤ ਲੱਗੇ ਰਹੇ ਸਾਰੀ ਰਾਤ ਚੀਰੀ ਗਏ ਸਵੇਰੇ ਫਿਰ ਦਮ ਟੁੱਟ ਗਿਆ ਹਾਂ ਨਹੀਂ ਚੱਕਰ ਫਰਕ ਪੈਂਦਾ ਮੈਂ ਤਾਂ ਕਹਿੰਦਾ ਵੀ ਥੋੜੀ ਸਲਾਹ ਹੈ ਜਿਹੜੀ ਕਹਿੰਦੇ 10 ਵਜੇ ਜਾਣਾ ਮੈਂ ਤਾਂ ਤੁਸੀਂ ਜਾਗਰ ਵੀ ਸ਼ਾਮ ਨੂੰ ਜਾਓਗੇ ਨਹੀਂ ਨਹੀਂ 10 ਵਜੇ ਤਾਂ ਜਾਣਾ ਮਸਲ ਹਾਂ ਜੇ ਉੱਥੇ ਨਹੀਂ ਸਾਜਰੇ ਜਾਣਾ ਤਾਂ 26 ਤਰੀਕ ਨੂੰ ਹੈ ਸ਼ਾਮ ਤੱਕ ਜਾ ਜੇ ਸ਼ਾਮ ਤੱਕ ਵੀ ਜਾ ਹੁੰਦਾ ਤਾਂ ਆਪਣਾ ਸਮਾਨ ਉਰੇ ਚੀਰ ਚੂਰ ਲਿਓ ਜਿਕੜਾ ਮਰਜ਼ੀ ਉਰੇ ਤਿਆਰੀ ਕਰਕੇ ਨਹੀਂ ਨਹੀਂ ਉਰੇ ਨਹੀਂ ਚੀਰ ਹੋਣਾ ਚੀਰ ਉੱਥੀ ਹੋਣਾ ਯਾਰ ਭਾਈ ਲਫਾਫਿਆਂ ਚ ਹਾਂ ਜਿਹੜੇ ਆਪਣਾ ਬੰਦ ਗੋਭੀ ਜਿਕਣਾ ਉਹ ਕੱਦੂਕਸ ਉੱਥੀ ਹੁੰਦੀ ਉੱਥੀ ਹੋਣੀ ਆ ਸਾਰੀ ਪਿਆਜ਼ ਵੀ ਉੱਥੀ ਕੱਟਣਾ ਉੱਥੀ ਹੋਣਾ ਜਿਹੜਾ ਵਿੱਚ ਨਹੀਂ 10 ਵਜੇ ਦਾ ਤੁਰਨਾ ਪੈਣਾ ਨਹੀਂ ਤਾਂ ਫਿਰ ਔਖਾ ਆਪਾਂ ਕਰਤਾਰਪੁਰ ਸਾਹਿਬ ਨੂੰ ਤੁਰੇ ਤੇ ਉਸ ਤਰ੍ਹਾਂ ਹੱਲਾ ਸ਼ੇਰੀ ਨਾਲ ਤੁਰੇ ਪਿਛਲੀ ਵਾਰ ਵਾਂਗ ਬਾਈ ਪਾਂਡੇ ਵਾਲੀ ਟਰਾਲੀ ਹਾਂ ਪਾਂਡੇ ਵਾਲੀ ਟਰਾਲੀ ਨੇ ਬਹੁਤ ਸਹੀ ਰੋਣਾ ਉਹ ਸਾਹਿਬ ਜੋ ਤਾਂ ਟਰਾਲਾ ਹੀ ਲੈ ਕੇ ਜਾਣਾ ਆਪਾਂ ਨੇ ਟਰਾਲਾ ਬਦਲ ਲਿਓ ਜੇ ਆਪਣੇ ਟਰਾਲੇ ਵੇਲੇ ਹੋ ਬਿੱਟ ਲਾ ਲੈਣੇ ਚਾਰ ਆਪਾਂ ਹਾਂ ਔਖਾ ਬਹੁਤ ਰਹੇ ਅਸੀਂ ਟਾਈਮ ਨਾਲ ਦੇਖਾਂਗੇ ਆਪਣੇ ਲੋਟ ਆਇਆ ਆਪਾਂ ਬਣਾਈਆਂ ਇੰਨੀਆਂ ਲਾਈਟਾਂ ਬਾੜੇ ਮੋਟੇ ਇਹਨੂੰ ਦਿਖਾ ਦੋ ਜੇ ਟਰਾਲੇ ਨਾ ਲੱਦੇ ਵੇ ਮਸਾਂ ਲੈ ਜਾਈਏ ਦੋ ਦਿਨ ਮੈਂ ਰੋਕ ਦੂੰਗੇ ਭਈਆਂ ਨੂੰ ਵੀ ਇੱਕ ਦੋ ਦਿਨ ਖੜ ਜਾ ਭਾਈ ਆਹੀ ਹੋਊਗਾ ਵੀ ਟਰਾਲੇ ਆਪਣੇ ਲੈ ਜੂੰਗੇ ਆਹੀ ਮੈਂ ਕਿਹਾ ਨਾ ਵੀ ਖਾਲੀ ਕਰ ਬਿੱਟ ਕਰ ਦੇ ਆਹੋ ਫੇਰ ਨਹੀਂ ਕੱਢ ਜਿਹੜੇ ਬੁੱਖ ਚੱਲੇ ਆ ਜਿਹੜੇ ਬੁੱਖ ਚੱਲੇ ਜਦੋਂ
ਪਾਗਲੇ ਪਾਣੀ ਛੱਡ ਦਵੇ ਹਵਾਈ ਦੇ ਕੇ ਥੋੜਾ ਪਿਆ ਪਾ ਲੈ ਜੇ ਚੱਲ ਕੋਈ ਨਹੀਂ ਸਾਡੀ ਪੈਪ ਲੀਕ ਹੋ ਜੀ ਚਲੋ ਠੀਕ ਹੈ ਜੀ ਜਿਹੜਾ ਕਿਸੇ ਨਾਲ ਆਉਣਾ ਹੋਇਆ ਭਾਈ ਫਤਿਹਗੜ੍ਹ ਸਾਹਿਬ 27 ਤਰੀਕ ਨੂੰ ਪਹੁੰਚਿਓ 27 ਤਰੀਕ ਨੂੰ ਲਾਉਣਾ 27 ਤਰੀਕ ਨੂੰ ਪਹੁੰਚ ਜਿਓ ਭਾਈ ਸੇਵਾ ਕਰ ਰਹੇ ਸੇਵਾ ਹੀ ਆ ਹੋ ਰਿਹਾ ਬੇਤੀ ਸਾਰੇ ਸਾਡੀ ਹੱਥ ਵੱਟ ਕੇ ਬੇਤੀ ਆ ਬਸ ਵੀ ਸੇਵਾ ਕੌਣ ਸਾਰੇ ਆ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਇੱਥੇ ਤੱਕ ਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ